ਕੱਲ ਇੱਕ 버ਗਰ ਦਾ ਆਰਡਰ ਸਮੇਂ ਸਿਰ ਨਹੀਂ ਆਇਆ ਤਾਂ ਪੁੱਛਣ ਵਾਲੇ ਗ੍ਰਾਹਕ ਤੇ ਫਾਇਰਿੰਗ ਕੀਤੀ ਗਈ। ਕਰਿੰਦੇ ਦੇ ਪਿਤਾ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਕਰਿੰਦੇ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲਾ 버ਗਰ ਦੀ ਲੇਟ ਡਿਲੀਵਰੀ ਹੋਣ ਤੇ ਰੈਸਟੋਰੈਂਟ ਦੇ ਵਿੱਚ ਗੋਲੀ ਚੱਲੀ ਸੀ। ਪੁਲਿਸ ਨੇ ਥੋੜੇ ਸਮੇਂ ਬਾਅਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਮੁਲਜ਼ਮ ਦੇ ਕੋਲੋਂ ਪਿਸਟਲ 32 ਬੋਰ ਅਤੇ ਮੈਗਜ਼ੀਨ ਸਮੇਤ ਜ਼ਿੰਦਾ ਰੌਂਦ ਬਰਾਮਦ ਕੀਤੇ ਨੇ। ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਵਿੱਚ ਇਹ ਵਾਰਦਾਤ ਹੋਈ ਸੀ। ਇੱਕ ਰੈਸਟੋਰੈਂਟ ਤੇ ਨੌਜਵਾਨ 버ਗਰ ਖਾਣ ਦੇ ਲਈ ਗਿਆ, ਜਦੋਂ ਆਰਡਰ ਨਹੀਂ ਆਇਆ ਤਾਂ ਕਰਿੰਦੇ ਨੂੰ ਪੁੱਛਿਆ ਗਿਆ। ਅੱਗੇ ਉਹ ਕਰਿੰਦੇ ਨੇ ਆਪਣੇ ਪਿਤਾ ਨੂੰ ਬੁਲਾ ਲਿਆ, ਜਿਸ ਨੇ ਬੜੀ ਬੇਰਹਿਮੀ ਦੇ ਨਾਲ ਇੱਕ ਗੋਲੀ ਗ੍ਰਾਹਕ ਨੂੰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ। ਹਸਪੀਟਲ ਦੇ ਵਿੱਚ ਉਹ ਇਸ ਵੇਲੇ ਜ਼ੇਰੇ ਇਲਾਜ ਹੈ ਤਾਂ ਪੀੜਤ ਧਿਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਦੂਜੇ ਬੰਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਵੱਡੇ ਖੁਲਾਸੇ ਕੀਤੇ ਨੇ। ਮੇਰਾ ਨਾਂ ਜਗਦੀਪ ਸਿੰਘ ਹੈ ਜੀ। ਜਗਦੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਪਿੰਡ ਝੰਡਿਆਂ ਦਾ ਜੀ, ਮੌਜੂਦਾ ਸਰਪੰਚ ਵੀ ਇਸ ਟਾਈਮ। ਅੱਛਾ ਜੀ, ਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜਦੋਂ ਗੋਲੀ ਚੱਲੀ ਆ, ਕੀ ਮਾਮਲਾ ਕੀ ਹੋਇਆ ਜੀ? ਮਾਮਲਾ ਇਹ ਹੋਇਆ ਜੀ, 버ਗਰ ਦੇ ਉੱਤੇ ਥੋੜ੍ਹਾ ਜਿਹਾ ਝੇੜਕਾ ਪੈ ਗਿਆ ਸੀ। 버ਗਰ ਉਹ ਆਉਂਦੇ ਸੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ। ਉਹ ਜਦੋਂ ਆਰਡਰ ਬੁੱਕ ਕਰਾਇਆ ਅਤੇ ਉਹਨੇ 버ਗਰ ਨਹੀਂ ਲੈ ਕੇ ਆਇਆ ਅਤੇ ਉਹਨੇ ਫਿਰ ਜਾ ਕੇ ਪੁੱਛਿਆ ਵਾ ਕਿ ਸਾਡੇ ਜਿਹੜੇ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ। ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ, ਆਰਡਰ ਸਪਲਾਈ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁੰਦਾ। ਅਤੇ ਜਦੋਂ ਇੰਨੀ ਗੱਲ ਹੋਈ ਆ ਅਤੇ ਉਸ ਤੋਂ ਬਾਅਦ ਫਿਰ ਉਹ ਚਲ ਗਿਆ ਮੁੰਡਾ ਸਾਡਾ ਵਾਪਸ। ਉਸ ਤੋਂ ਬਾਅਦ 5 ਮਿੰਟ ਬਾਅਦ ਫਿਰ ਉਹ ਆਇਆ ਵੀ ਹੁਣ ਤਾਂ ਦੇ ਦੇ। ਉਹ ਫਿਰ ਗਾੜੀ ਨੂੰ ਗਲਤ ਬੋਲਿਆ ਉਹਨੂੰ, ਅਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਵੀ ਤੂੰ ਇੱਦਾਂ ਨਾ ਬੋਲ, ਮੈਨੇਜਰ ਨਾਲ ਸਾਡੀ ਗੱਲ ਕਰਾ, ਆਪਾਂ ਉਹਦੇ ਨਾਲ ਗੱਲ ਕਰ ਲੈਂਦੇ। ਉਹ ਆਉਂਦਾ ਮੈਨੇਜਰ ਮੈਂ ਹੀ ਲੱਗਾ, ਕੋਈ ਮੈਨੇਜਰ ਨਹੀਂ ਹੋਰ, ਮੈਂ ਹੀ ਮੈਨੇਜਰ ਹਾਂ। ਅਤੇ ਇੱਦਾਂ ਹੋਈ ਆ ਅਤੇ ਮੁੜ ਕੇ ਬਾਅਦ 'ਚ ਉਹਨੇ ਸੈਡ 'ਤੇ ਜਾ ਕੇ ਆਪਣੇ ਡੈਡੀ ਨੂੰ ਜਾਂ ਪਤਾ ਨਹੀਂ ਮਾਂ, ਸਾਨੂੰ ਨਹੀਂ ਪਤਾ, ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ। ਉਹਨਾਂ ਆਣ ਕੇ ਪੈਲਸੀ ਦੇ ਅੰਦਰ ਵੜਦਿਆਂ ਅਸੀਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ, ਚੰਗੇ ਨਹੀਂ ਲੱਗੀਦਾ। ਉਹਨੇ ਜਦੋਂ ਫਿਰ ਆਣ ਕੇ ਉਹਨੇ ਜਦੋਂ ਗਾਂਹ ਲੱਗਿਆ ਥੋੜ੍ਹਾ ਜਿਹਾ ਅਤੇ ਉਹਨੇ ਜਾ ਕੇ ਚਪੇੜਾਂ ਮਾਰਤੀ ਆ ਮੁੰਡੇ ਦੇ, ਅਤੇ ਮੁੰਡੇ ਡਿੱਗੇ ਅਤੇ ਫਿਰ ਉਹਨੇ ਗੋਲੀ ਜਿਹੜੀ ਆ ਉਹ ਚਲਾਈ ਆ, ਸਾਤੀ ਦੇ ਵਿੱਚ ਵੱਜੀ ਆ, ਉੱਥੋਂ ਤਿਲਕਦੀ ਹੋਈ ਅੰਦਰੋਂ ਦੀ ਗਈ ਆ, ਇਹ ਨਹੀਂ ਵੀ ਬਾਹਰੋਂ ਦੀ ਗਈ ਆ। ਫਿਰ ਆਪਣਾ ਜਿਹੜਾ ਬਾਂਹ ਦੇ ਵਿੱਚੋਂ ਦੀ ਲੰਘ ਕੇ ਸਾਰ ਪਾਰ ਹੋਈ ਆ, ਗੋਲੀ ਜਿਹੜੀ ਆ ਨਿਕਲ ਗਈ ਆ ਵਿੱਚੋਂ। ਇਹ ਕੋਈ 9:30 ਦੇ ਟਾਈਮ ਦੇ ਕਰੀਬ ਹੈਗੀ ਆ, 9 ਵਜੇ ਆਰਡਰ ਬੁੱਕ ਕਰਾਇਆ ਅਤੇ ਅੱਧੇ ਘੰਟੇ ਬਾਅਦ ਇਹ ਚੱਕਰ ਚੱਲਿਆ। ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ, ਉਹਦਾ ਪਤਾ ਕਰ ਸਕਦੇ, ਬਹੁਤ ਜ਼ਿਆਦਾ ਗੁੰਡਾਗਰਦੀ ਆ। ਉਹ ਆਪਣਾ ਟੌਰ ਪਾਉਣਾ ਚਾਹੁੰਦਾ ਸੀ ਇਹਨਾਂ 'ਤੇ, ਉਹ ਉਹਦੇ ਕਰਕੇ ਨੇ ਆਪਣਾ ਦਬਦਬਾ। ਹਾਂਜੀ, ਉਹਦੇ ਬਾਰੇ ਸਾਨੂੰ ਨਹੀਂ ਪਤਾ ਵੀ ਰੱਖਦਾ ਜਾਂ ਨਹੀਂ ਰੱਖਦਾ, ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ। ਨਹੀਂ ਵੇਖੋ, ਪੁਰਾਣੀ ਕੋਈ ਨਹੀਂ, ਸਿਰਫ ਹੰਕਾਰ ਦਾ ਹੀ, ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ, ਉੱਦਾਂ ਨਹੀਂ ਕੁਛ ਵੀ ਹੋਇਆ।
ਦੇਖੋ ਪੁਲਿਸ ਵੇਖੋ ਆਪਣੀ ਕਾਰਵਾਈ ਕਰਨ ਰਹੀ ਹੈ, ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ 'ਤੇ ਕਿ ਕਾਰਵਾਈ ਸਹੀ ਕਰੂਗੀ। ਤੁਸੀਂ ਪਾਰਟੀ ਸਾਡੀ ਕੋਈ ਨਹੀਂ ਗਈ ਅਤੇ ਆਪਣੇ ਉੱਦਾਂ ਹੀ ਹਾਂ ਅਸੀਂ ਪਾਰਟੀਆਂ ਸੰਬੰਧ ਕੀ ਕਰਦੇ ਹੋ ਪੰਜਾਬ 'ਚ ਜੋ ਹਾਲਾਤ ਨੇ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਗੋਲੀ ਚੱਲਣ ਦੀ ਵਾਰ ਦਾ ਸ਼ਰੇਆਮ ਗੋਲੀ ਚੱਲੀ ਹੈ, ਕੀ ਸਮਝਦੇ ਹੋ? ਅਸੀਂ ਤਾਂ ਮੁੱਖ ਮੰਤਰੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਵਾਰਦਾਤਾਂ 'ਤੇ ਠੱਲ ਪਾਉਣੀ ਚਾਹੀਦੀ ਆ, ਇਹੋ ਜਿਹੇ ਬਦਮਾਸ਼ਾਂ ਤੋਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ। ਉਹ ਕੱਢ ਲੈਂਦੀ ਹੈ ਜੀ ਐਸ ਐਚ ਓ ਨੇ, ਕੱਢ ਲੈਂਦੀ ਹੈ। ਉਹ ਤਾਂ ਵਿਸ਼ਵਾਸ ਪੂਰਾ ਦਿਖਾਉਣ ਡੇ ਜੀ ਸਾਨੂੰ, ਗਾੜੀ ਵੇਖੋ ਜੋ ਬੱਚੇ ਦੇ ਹਾਲਾਤ ਤਾਂ ਕੱਲ੍ਹ ਤਾਂ ਬਹੁਤ ਜ਼ਿਆਦਾ ਨਾਜ਼ੁਕ ਹੋ ਗਏ, ਅੱਜ ਕੋਲ ਠੀਕ ਹੈ, ਹੁਣ ਮੋੜ ਪਿਆ ਵਾ। ਇਹ ਗੱਲ ਕਦੀ ਸੋਚੀ ਨਹੀਂ, ਇੱਥੇ ਤੱਕ ਪਹੁੰਚਿਆ ਨਹੀਂ। ਇਹ ਦੋ ਪਾਕੇ ਆ, ਗੁੱਡੀਆਂ ਹੀ ਦੋ ਵਿਆਹ ਤੀਆਂ, ਬਾਕੀ ਘਰ ਦੇ ਉਹਦੇ ਬੱਚੇ ਆ, ਬੱਚਾ ਉਹਦਾ ਇੱਕ। ਦੇਖੋ ਅਸੀਂ ਤਾਂ ਪਹਿਲਾਂ ਵੀ ਮੰਗ ਕਰਨ ਦੇ ਤਾਂ ਹੁਣ ਵੀ ਆਉਂਦੇ ਹਾਂ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ, ਇਹੋ ਜਿਹਾ ਗੁੰਡਿਆਂ ਨੂੰ ਨੱਥ ਪੈਣੀ ਚਾਹੀਦੀ। ਜੋ ਪੰਜਾਬ ਦੇ ਹਾਲਾਤ ਹੋਣ ਡੇ ਆ ਬਹੁਤ ਨਾਜ਼ੁਕ ਹੋਣ ਡੇ ਆ, ਇਹਦੇ ਵੱਲ ਧਿਆਨ ਦੇਣਾ ਚਾਹੀਦਾ ਖਾਸ ਕਰਕੇ। ਘਟਨਾ ਪਤਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਚੀਜ਼ ਮੰਗੀ ਉਹਨਾਂ ਕੋਲ ਖਾਣ ਵਾਲੇ, ਤੋ ਖਾਣ ਤੋਂ ਉੱਤੇ ਉੱਥੇ ਡਿਊਟੀ 'ਤੇ ਉੱਥੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਪਾਣ ਕੇ ਉਹ ਲੱਗਾ ਵਿੱਚ ਕਰਦਾ ਨੌਕਰੀ ਕਰਦਾ, ਉਹ ਕਰਦੇ ਉਹ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆਹ ਆਰਡਰ ਤਾਂ ਉੱਥੇ ਆਹ 3 ਮਿੰਟ ਦਾ ਆਰਡਰ ਸਰ ਚੀਜ਼ ਜਿਹੜੀ ਭੁਗਤਾਉਣ ਦਾ, ਵੱਧ 15-20 ਮਿੰਟ ਹੋ ਚੁੱਕੇ ਸੀ, 15-20 ਮਿੰਟਾਂ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਵੀ ਤੂੰ ਵੀ ਆਰਡਰ ਨਹੀਂ ਭੇਜਿਆ, ਤੇ ਉਹ ਆਰਡਰ ਭੇਜਣ ਤੋਂ ਆਉਂਦਾ ਤੂੰ ਕੌਣ ਆ, ਅਸੀਂ ਨੱਥ ਪਾਉਣ ਜਾਣਦੇ ਹਾਂ। ਅਤੇ ਉਹ ਮੁੜ ਕੇ ਬਾਅਦ ਵਿੱਚ ਉਹਨੇ ਆਖਿਆ ਤੂੰ ਮੈਨੇਜਰ ਨਾਲ ਸਾਡੀ ਗੱਲ ਕਰਾ, ਜੇ ਤੂੰ ਸਾਨੂੰ ਨਹੀਂ ਜਾਣਦਾ ਤਾਂ ਮੈਨੇਜਰ ਨਾਲ ਗੱਲ ਕਰਾ, ਆਉਂਦਾ ਮੈਨੇਜਰ ਮੈਂ ਹਾਂ, ਮੈਨੇਜਰ ਹੋਰ ਥੋੜ੍ਹਾ ਕੋਈ ਆ, ਮੈਨੂੰ ਤੂੰ ਕੀ ਆਖਣਾ ਮੈਂ ਮੈਨੇਜਰ ਹਾਂ, ਨਹੀਂ ਆ ਇੱਕ ਨਹੀਂ ਕਰਵਾਉਣਾ। ਉਹ ਉੱਥੇ ਮਾੜਾ ਮੋਟਾ ਉਹ ਗੱਲ ਤੋਂ ਤੂੰ ਤੂੰ ਮੈਂ ਹੋਈ ਹੋਊਗੀ, ਕਿਉਂ ਮੌਕਾ ਦਿੱਤਾ ਅਸੀਂ ਹੈ ਨਹੀਂ ਗੇ, ਸੁਣ ਕੇ ਸੁਣਾਏ ਤੁਸੀਂ ਸੁਣੀ ਤਾਂ ਗੱਲ ਆ ਜਿਹੜੀ ਉਹ ਆ। ਹਾਂਜੀ, ਉਹ ਗੋਲੀ ਆ ਕੇਵਲ ਸਿੰਘ ਕੋਲ ਵਰਿਆਮ ਦਾ, ਉਹ ਅੱਗੇ ਵੀ ਦੱਸਦੇ ਵੀ ਅੱਗੇ ਵੀ ਉਹਨੇ ਚਲਾਈ ਸੀ ਵਰਿਆਮ ਪਿੰਡ ਦੇ ਵਿੱਚ ਨਾ, ਉਹਨੇ ਕਿਸੇ ਨਾ ਆਉਣਾ ਉਹ ਗੋਲੀ ਅੱਗੇ ਵੀ ਚਲਾਈ ਸੀ, ਉਹਨਾਂ ਕਿਤੇ ਪੈਸੇ ਦੇ ਦੇ ਕੇ। 7 ਤਰੀਕ ਦੀ ਰਾਤ ਨੂੰ ਕੋਈ 10 ਵਜੇ ਦੇ ਕਰੀਬ ਉੱਥੇ KFC ਹੋਟਲ ਆ ਅੱਥੂ ਨੰਬਰ 6 'ਚ ਪੈਂਦਾ ਟੋਲ ਪਲਾਜ਼ੇ ਤੋਂ ਅੱਗੇ ਗੁਰਦਾਸਪੁਰ, ਉੱਥੇ ਆਪਣਾ ਇੱਕ ਹੈਲਪਰ ਲੱਗਾ ਗੁਰਸ਼ਰਨ ਸਿੰਘ ਅਤੇ ਇੱਕ ਉੱਥੇ ਸੁਰਜੀਤ ਸਿੰਘ ਉੱਥੇ ਮੈਨੇਜਰ ਸੀ। ਸੁਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ, ਉਹ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ, ਉਹਨੇ ਆਪਣਾ ਲੜਕੇ ਨੂੰ ਘੂਰਿਆ, ਲੜਕੇ ਨੇ ਆਪਦੇ ਫਾਦਰ ਨੂੰ ਕਮਲਜੀਤ ਸਿੰਘ ਨੂੰ ਬੁਲਾ ਲਿਆ, ਕਮਲਜੀਤ ਸਿੰਘ ਜਿਹੜਾ ਆਪਣਾ ਸਾਬਕਾ ਫੌਜੀ ਆ ਉਹ ਉੱਥੇ ਇਹਨਾਂ ਦੀ ਤੂਤੂ ਮਾਰ ਲਿਆ, ਹੁਣ ਤੋਂ ਬਾਅਦ ਉਹਨੇ ਕਮਲਜੀਤ ਸਿੰਘ ਨੇ ਜਿਹੜਾ ਉੱਥੇ ਇੱਕ ਜਿਹੜਾ ਪੈਰ ਜਿਹੜਾ ਸੀ ਉਹ ਸੁਰਜੀਤ ਸਿੰਘ ਮੇਜਰ ਦੇ ਪੈਰ ਮਾਰ ਦਿੱਤਾ, ਵੀ ਜਿਹੜਾ ਉੱਥੇ ਚੱਲਿਆ ਇੱਕ ਪੈਰ ਹੀ ਆ, ਕੋਈ 4 ਪੈਰ ਵਾਲੀ ਕੋਈ ਗੱਲ ਨਹੀਂ, ਦੋਸ਼ੀ ਨੂੰ ਵੀ ਜਿਹੜਾ ਉਹਦੇ ਐਫ ਆਈ ਆਰ ਦਰਜ ਕਰਕੇ ਦੋਸ਼ੀ ਨੂੰ 10 ਘੰਟੇ ਦੇ ਵਿੱਚ ਜੇਲ੍ਹ ਚ ਕਰ ਲਿਆ ਅਤੇ ਨਾਲ ਹੀ ਆਪਣਾ ਫੈਸਲਾ ਬਰਾਬਰ ਕਰ ਲਿਆ। ਸਰ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਅਤੇ ਉਹਦੇ ਵਿੱਚ ਹੋਇਆ ਝਗੜਾ, ਉਹਦੀ ਕੀ ਡਿਟੇਲ? ਨਹੀਂ, ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ,
ਇਹ ਆਪਸੇ ਚੀਜ਼ ਜਿਹੜਾ ਉੱਥੇ ਗੁਰਸ਼ਰਨ ਸਿੰਘ ਵੀ ਹਰੀ ਉੱਥੇ ਅਤੇ ਸੁਰਜੀਤ ਸਿੰਘ ਮਿਲੇ, ਜਿਹੜੀ ਸੁਰਜੀਤ ਸਿੰਘ ਨੇ ਔਡਰ ਦਿੱਤਾ ਹੈ ਅਤੇ ਗੁਰਸ਼ਰਨ ਸਿੰਘ ਨੇ ਆਪਣੇ ਫਾਦਰ ਨੂੰ ਉੱਥੇ ਬੁਲਾਇਆ ਹੈ ਵੀ ਆਪਣਾ ਮੈਨੂੰ ਉੱਥੇ ਹਟਾ ਦੇਣ ਲੱਗੇ ਆ। ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਆਣ ਕੇ ਦੋ ਤੋਂ ਮਹਿਮਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਜੀ ਨੇ ਜਿਹੜਾ ਇੱਥੋਂ ਫਾਇਰ ਕੀਤਾ, ਜਿਹੜਾ ਫਾਇਰ ਸੀ ਉਹ ਸੁਰਜੀਤ ਸਿੰਘ ਮੈਨੇਜਰ ਨੇ ਲੱਗ ਗਿਆ। ਅਤੇ ਉੱਥੋਂ ਕੀ ਕਰ ਲਓ ਉਹਦੇ 'ਚ ਸੁਰਜੀਤ ਦੇ ਬਿਆਨ 'ਤੇ ਜਿਹੜਾ ਆ ਪਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਵਿਰੁੱਧ, ਅਤੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਵੈਪਨ ਗ੍ਰਿਫਤਾਰ। ਵੈਪਨ ਲਾਇਸੈਂਸੀ ਸੀ ਕਹਿੰਦੇ ਸੀ, ਵੈਪਨ ਲਾਇਸੈਂਸੀ ਉਹਦੇ ਵਿੱਚ ਕੀ ਹੋਊਗਾ, ਉਹ ਵੈਪਨ ਦਾ ਦਰਜ ਕਰਵਾਇਆ ਜਾਏ, ਵੈਪਨ ਜਿਹੜਾ ਉਹਦਾ ਅਸੀਂ ਆਪਣਾ ਲਾਇਸੈਂਸ ਜਿਹੜਾ ਉਹਦਾ ਸਲੈਕਟ ਕਰੀਏ, ਲਾਇਸੈਂਸ ਕਰਨ ਵਾਸਤੇ ਭੇਜਾਂਗੇ ਲਾਇਸੈਂਸ, ਦੂਸਰੀ ਅਸੀਂ ਗ੍ਰਿਫਤਾਰ ਕਰੀਏ। ਚਲੋ ਸਰ, ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ? ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲ ਜਿੱਥੇ ਉਹ ਸੁਰਜੀਤ ਸਿੰਘ ਦੀ ਬੈਸੇ ਕਵਰ KFC ਦੇ ਅੰਦਰ ਚੱਲੀ ਹੈ ਨਾ? ਹਾਂਜੀ। ਤਾਂ ਸਰ ਫਿਰ ਉਸ ਸਮੇਂ ਤਾਂ ਅੰਦਰ ਕਸਟਮਰ ਵੀ ਹੋਣਗੇ, ਫਿਰ ਭੱਗ ਦੌੜ ਉੱਥੇ ਹੋਈ, ਉਹਦੀ CCTV ਸਾਨੂੰ ਮਿਲ ਸਕਦੀ? ਨਹੀਂ, ਉੱਥੇ ਕੋਈ ਕਸਟਮਰ ਨਹੀਂ ਹੈਗੇ, ਉਹ ਆਪਸ ਵਿੱਚ। ਠੀਕ ਹੈ, ਕੋਈ ਫਾਇਰ ਮਿਸ ਨਹੀਂ ਹੋਇਆ? ਨਹੀਂ, ਇੱਕ ਹੀ ਫਾਇਰ, ਹੋਰ ਕੋਈ ਫਾਇਰ?